ਨਹੀਂ ਕਿਸੇ ਦੁਨਿਆਵੀ ਬੰਦੇ ਨੇ ਤੁਹਾਡੇ ਨਾਲ ਨਹੀਂ ਖੜਨਾ ਤੇ ਜਿਹੜਾ ਖੜਿਆ ਮੇਰੇ ਪਿੱਛੇ ਤਸਵੀਰ ਲੱਗੀ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਆ ਬਾਬਾ ਜਰਨੈਲ ਸਿੰਘ ਮੱਤੇ ਮੁਜਾਹਿਦ ਨੇ ਨਾਲ ਭਾਈ ਅਮਰਤਪਾਲ ਦੋਵਾਂ ਦੀ ਤਸਵੀਰ ਵੇਖੀ ਰੂਹ ਖਿੜ ਜਾਂਦੀ ਹੈ ਕਿ ਬਾਬਾ ਜਰਨੈਲ ਸਿੰਘ ਤੋਂ ਬਾਅਦ ਕੌਮ ਨੂੰ ਆਗੂ ਮਿਲਿਆ ਹੈ ਤੇ ਭਾਈ ਉਹ ਭਾਰਤ ਦੀ ਹਕੂਮਤ ਟੁੰਬ ਰਹੀ ਹੈ ਤੁਹਾਨੂੰ ਕਿ ਤੁਹਾਡਾ ਆਗੂ ਫੇਰ ਫੜ ਲਿਆ ਹੈ ਕਿ ਤੁਸੀਂ ਸੁੱਤੇ ਹੋ ਕੇ ਜਾਗਦੇ ਦੱਸੋ ਭਾਰਤੀ ਹਕੂਮਤ ਨੂੰ ਕਿ ਭਾਈ ਅਸੀਂ ਜਾਗਦੇ ਹਾਂ ਜਦ ਤੱਕ ਜਿਉਂਦੇ ਆ ਭਾਈ ਅਮਰਤਪਾਲ ਸਿੰਘ ਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਭਾਈ ਕਿ ਅਸੀਂ ਖੜੇ ਆ ਇਹ ਕੌਮਾਂ ਨੂੰ ਜਦੋਂ ਆਗੂ ਮਿਲਦੇ ਨੇ ਨਾ ਗੁਰੂ ਦੀ ਕਿਰਪਾ ਹੁੰਦੀ ਆ ਆਗੂਆਂ ਤੋਂ ਬਿਨਾਂ ਕੌਮ ਨੂੰ ਕੋਈ ਰਾਹ ਨਹੀਂ ਤੇ ਸੇਵਾਦਾਰ ਕੌਮ ਦੇ ਵਿੱਚ ਪਾਤਸ਼ਾਹ ਭੇਜਦੇ ਰਹਿੰਦੇ ਨੇ ਇਹ ਸੇਵਾਦਾਰ ਪਾਤਸ਼ਾਹ ਨੇ ਪੰਥ ਲਈ ਭੇਜਿਆ ਹੈ ਤੇ ਉਹ ਸੇਵਾਦਾਰ ਦੇ ਪਿੱਛੇ ਖੜ ਜਾਈਏ ਤੇ ਜੇ ਅੱਜ ਵੀ ਨਾ ਖੜੇ ਤੇ ਉਹ ਸਮਾਂ ਦੂਰ ਨਹੀਂ ਪਈ ਅਸੀਂ ਵੀ ਪੰਜਾਬ ਦੇ ਵਿੱਚ ਇੱਥੇ ਰੁਲਦੇ ਜਾਣਾ ਕਿਸੇ ਨੇ ਸਾਰ ਨਹੀਂ ਲੈਣੀ ਅਗਲਾ ਆਇਆ ਹੈ ਤੇ ਕਿਸੇ ਨੇ ਪੁੱਛਿਆ ਬਾਦਰੀਪੁਰ ਚ ਕੋਈ ਪੁੱਛ ਲੱਗ ਗਿਆ ਕਹਿੰਦਾ ਬਈ ਕਸੂਰ ਕੀ ਹੈ ਇਹ ਭਾਈ ਅਮਰਤਪਾਲ ਸਿੰਘ ਨੂੰ ਇਹ ਤੁਸੀਂ ਸਰਕਾਰੀ ਨੀਤੀ ਵੇਖੋ ਆਪਣੇ ਘਰ ਜੁਨੂ ਪਰ ਖੇੜੇ ਤੋਂ ਚੱਲੇ ਨੇ ਹਰ ਇੱਕ ਧਾਰਮਿਕ ਸਮਾਗਮ ਦੇ ਵਿੱਚ ਭਾਈ ਅਮਰਤਪਾਲ ਜਾ ਰਿਹਾ ਹੈ ਨਾਲ ਗੁਰਮੀਤ ਸਿੰਘ ਬੁੱਕਣ ਵਾਲਾ ਹੈ ਰਣਜੀਤ ਕਲਸੀ ਹੈ ਗੁਰਪ੍ਰੀਤ ਸਿੰਘ ਹੈ ਪਿਥੀਵੜ ਦਾ ਮੁੰਡਾ ਹੈ ਆਪਣਾ ਨਾਲ ਭਾਈ ਤੂਫਾਨ ਸਿੰਘ ਹੈ ਕਹਿੰਦੇ ਸਾਰੇ ਸਮਾਗਮਾਂ ਤੇ ਜਾ ਰਹੇ ਨੇ ਹਰ ਇੱਕ ਧਾਰਮਿਕ ਸਮਾਗਮ ਦੇ ਹਾਜ਼ਰੀ ਭਰਦੇ ਨੇ ਇੱਥੇ ਮਹਾਂਪੁਰਖ ਬੈਠੇ ਨੇ ਇਹਨਾਂ ਨੇ ਵੀ ਸਮਾਗਮ ਕਰਾਇਆ ਸੀ ਇਸ ਨਗਰ ਵੱਲ ਵੀ ਆਏ ਨੇ ਭਾਈ ਅਮਰਤਪਾਲ ਸਿੰਘ ਹਰ ਇੱਕ ਨਗਰਾਂ ਦੇ ਵਿੱਚ ਜਾ ਰਹੇ ਨੇ ਤੇ ਕਹਿੰਦੇ ਭਾਈ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਇਹ ਨੈੱਟ ਬੰਦ ਕੀਤੇ ਨੇ ਸਾਰਾ ਕੁਝ ਕੀਤਾ ਹੈ ਕਾਰਨ ਕੀ ਹੈ ਕਿ ਭਾਈ ਉਸ ਅਮਰਤਪਾਲ ਦਾ ਕਸੂਰ ਤੇ ਕੋਈ ਹੋਵੇਗਾ ਨਾ ਕਸੂਰ ਕੀ ਹੈ ਤੇ ਅੱਗੇ ਉਹ ਬਾਦਰੀ ਪੁਰਸ਼ ਨੇ ਜਵਾਬ ਦਿੱਤਾ ਕਹਿੰਦਾ ਇਹਦਾ ਇੱਕ ਕਸੂਰ ਹੈ ਕਹਿੰਦੇ ਕੀ ਕਸੂਰ ਹੈ ਭਾਈ ਹੈਰਾਨ ਹੋ ਗਏ ਕਿ ਕੀ ਕਸੂਰ ਕੀ ਅਮਰਤਪਾਲ ਦਾ ਕਹਿੰਦਾ ਕਸੂਰ ਇਹ ਹੈ ਕਿ ਪੰਥ ਦੀ ਜਿਹੜੀ ਦਸਤਾਰ ਪੈਰਾਂ ਵਿੱਚ ਡਿੱਗ ਰਹੀ ਸੀ ਇਸ ਭਾਈ ਅਮਰਤਪਾਲ ਨੇ ਡਿੱਗਦੀ ਹੋਈ ਦਸਤਾਰ ਨੂੰ ਮੁੜ ਸਿਰਾਂ ਤੇ ਸਜਾਇਆ ਦਾ ਕਸੂਰ ਇਹ ਹੈ ਇਹਦਾ ਕਸੂਰ ਇਹ ਹੈ ਕਿ ਸਿੱਖ ਨੌਜਵਾਨ ਕੰਧਾਂ ਵਰਗੇ ਨਸ਼ਿਆਂ ਦੇ ਵਿੱਚ ਡੁੱਬ ਰਹੇ ਸੀ ਗਲਤਾਨ ਹੋ ਗਏ ਸੀ ਨੌਜਵਾਨੀ ਮਰ ਰਹੀ ਸੀ ਤੇ ਇਹਨੇ ਮਰੀ ਹੋਈ ਨੌਜਵਾਨੀ ਨੂੰ ਆਸ ਦੀ ਕਿਰਨ ਵਿਖਾਈਏ ਦਾ ਕਸੂਰ ਇਹ ਹੈ ਇਹਦਾ ਕਸੂਰ ਇਹ ਹੈ ਕਿ ਜਿਹੜੇ ਸਿੰਘ ਅਨੰਦਪੁਰ ਸਾਹਿਬ ਤੋਂ ਭਟਕ ਗਏ ਸੀ ਇਹਨੇ ਪ੍ਰੇਰਿਆ ਤੇ ਅਨੰਦਪੁਰ ਸਾਹਿਬ ਵੱਲ ਮੂੰਹ ਕੀਤਾ ਇਹਦਾ ਕਸੂਰ ਇਹ ਹੈ ਤੇ ਭਈ ਜੇ ਇਹਦਾ ਕਸੂਰ ਇਹ ਹੈ ਤੇ ਪੰਥ ਦਾ ਫਰਜ਼ ਬਣਦਾ ਹੈ ਕਿ ਨੰਗੇ ਤੜ ਹੋ ਕੇ ਉਹਦੀ ਹੁਣ ਮਹਿਲ ਕਰੀਏ ਇਹ ਘਰਾਂ ਦੇ ਵਿੱਚ ਬਹਿਣ ਦਾ ਵੇਲਾ ਨਹੀਂ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਚਖਾਏ ਜਿੱਦਾਂ ਬਾਬਾ ਜੀ ਜਿਹੜੇ ਬੈਠੇ ਨੇ ਨਾ ਇਹਨਾਂ ਦੇ ਨਾਲ ਮੈਂ ਅੱਗੇ ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਇਹ ਜਦੋਂ ਪ੍ਰਸ਼ਾਦੇ ਮੂੰਹ 'ਚ ਪਾਈਏ ਤੇ ਮਹਿਸੂਸ ਹੁੰਦਾ ਹੈ ਹਰਾਮ ਦੀ ਰੋਟੀ ਖਾਈ ਜਾਂਦੇ ਆ ਇੱਥੇ ਪੰਥ ਦੀ ਜਿਹੜੀ ਦਸਤਾਰ ਡਿੱਗ ਰਹੀ ਹੈ ਕੌਮ ਦਾ ਆਗੂ ਭਾਰਤੀ ਹਕੂਮਤ ਨੇ ਆਪਣੀ ਗਿਫਤ ਵਿੱਚ ਲਿਆ ਹੈ ਤੇ ਅਸੀਂ ਫਿਰ ਵੀ ਘਰਾਂ ਦੇ ਵਿੱਚ ਸੁੱਤੇ ਪਏ ਸੌਣ ਦਾ ਵੇਲਾ ਨਹੀਂ ਹੈ ਇਹ ਜਾਗਣ ਦਾ ਵੇਲਾ ਹੈ ਆਲੇ ਦੁਆਲੇ ਜਾਓ ਪਿੰਡਾਂ ਦੇ ਵਿੱਚ ਪ੍ਰਚਾਰ ਕਰੋ ਬਈ ਕੌਮ ਦੀ ਹਿੱਕ ਦੇ ਕਿਸੇ ਨੇ ਪੈਰ ਧਰਿਆ ਹੈ ਤੇ ਹੁਣ ਘਰਾਂ ਦੇ ਵਿੱਚ ਬਹਿਣ ਦਾ ਵੇਲਾ ਨਹੀਂ ਹੁਣ ਜਾਗੋ ਹੰਗੜਾ ਮਾਰੋ ਤੇ ਉਸ ਭਾਈ ਅਮਰਤਪਾਲ ਦਾ ਸਾਥ ਦੇਈਏ ਇਹ ਜਿਹੜੀ ਆ ਸੁਪਰੀਮ ਕੋਰਟ ਤੋਂ ਨਾ 12 ਵਜੇ ਕੁਝ ਹੋਣਾ ਨਾ 2 ਵਜੇ ਕੁਝ ਹੋਣਾ ਹੈ ਤੇ ਨਾ ਇੱਥੇ ਸ਼ਾਮ ਨੂੰ ਕੁਝ ਹੋਣਾ ਹੈ ਮੋਰਚਾ ਲਾਈ ਚੱਲੋ ਇਹ ਸੰਘਰਸ਼ ਲੱਗੇਗਾ ਤੇ ਭਾਈ ਭਾਰਤ ਦੀ ਹਕੂਮਤ ਨੂੰ ਪਤਾ ਲੱਗੇਗਾ ਸਿੱਖ ਇਕੱਤਰ ਹੋਏ ਨੇ ਇਹ ਕਿਤੇ ਆ ਜਿੱਥੇ ਕਿਸੇ ਸਰਕਾਰੀ ਮਹਿਕਮੇ ਵਾਲੇ ਬੰਦੇ ਬੈਠੇ ਨੇ ਆ ਜਿਹੜੇ ਇੱਧਰ ਵੀ ਬੈਠੇ ਨੇ ਇਹਨਾਂ ਵੀ ਪੱਗਾਂ ਸਿਰ 'ਚ ਪੱਗਾਂ ਸਿਰ 'ਚ ਵਸਾਈਆਂ ਨੇ ਇਹ ਇਹਨਾਂ ਦੀ ਕੋਈ 2000 ਰੁਪਇਆ ਬਾਬਾ ਜੀ ਤਨਖਾਹ ਨਾ ਵਧੇ ਸਾਲ ਬਾਅਦ ਇਹ ਸਾਰਾ ਪੰਜਾਬ ਹੀ ਬੰਦ ਕਰ ਦਿੰਦੇ ਨੇ ਕਿ ਭਾਈ ਸਾਡੀ 2000 ਤਨਖਾਹ ਨਹੀਂ ਵਧੀ ਅਸੀਂ ਹੁਣ ਸੜਕਾਂ ਜਾਮ ਕਰਨੀਆਂ ਨੇ ਤੇ ਅੱਜ ਕਿਸੇ ਨੇ ਕੌਮ ਦੇ ਆਗੂ ਨੂੰ ਹੱਥ ਪਾਇਆ ਤੇ ਭਾਈ ਸਾਡੇ ਤੇ ਡਾਂਗਾ ਲੈ ਕੇ ਤੁਰੇ ਆਉਂਦੇ ਨੇ ਇਹਨਾਂ ਦਾ ਹਾਲ ਇਹ ਹੈ ਇਸ ਕਰਕੇ ਭਾਈ ਇਹਨਾਂ ਦੇ ਮੱਥੇ ਲੱਗਣ ਦੀ ਕਿਸੇ ਦੀ ਲੋੜ ਨਹੀਂ ਇੱਥੇ ਆਓ ਗੁਰੂ ਤੇ ਸਮਰਪਿਤ ਭਾਵ ਲੈ ਕੇ ਆਓ ਗੁਰੂ ਤੇ ਭਰੋਸਾ ਲੈ ਕੇ ਆਓ ਤੇ ਜਿੱਦਣ ਤੁਹਾਡਾ ਗੁਰੂ ਤੇ ਭਰੋਸਾ ਹੋਏਗਾ ਭਾਈ ਅਮਰਤਪਾਲ ਸਿੰਘ ਰਿਹਾ ਵੀ ਹੋਣਗੇ ਉਦਣ ਬਾਬਾ ਜਰਨੈਲ ਸਿੰਘ ਨੇ ਜਿਹੜਾ ਸੁਪਨਾ ਸਜੋਇਆ ਸੀ ਨਾ ਪੰਥ ਲਈ ਕਿਸੇ ਨੇ ਬਾਬਾ ਜਰਨੈਲ ਸਿੰਘ ਸ਼ਹੀਦ ਹੋਣ ਲੱਗੇ ਤੇ ਮੇਰੇ ਵਰਗੇ ਕਿਸੇ ਢਿੱਲੇ ਮੱਠੇ ਨੇ ਪੁੱਛਿਆ ਕਹਿੰਦਾ ਬਾਬਾ ਜੀ ਮੈਂ ਤੇ ਦਰਬਾਰ ਸਾਹਿਬ ਤੋਂ ਭੱਜ ਜਾਣਾ ਪਰ ਜੇ ਤੁਹਾਡੀ ਕੋਈ ਮਨ ਦੀ ਰੀਝ ਹੈ ਤੇ ਤੁਸੀਂ ਦੱਸ ਦਿਓ ਕਿ ਤੁਹਾਡੇ ਮਨ ਦੀ ਕੋਈ ਖੁਆਇਸ਼ ਹੈਗੀ ਹੈ ਕਿ ਤੁਹਾਡੀ ਮੌਤ ਹੋ ਜਾਣੀ ਹੈ ਕਹਿੰਦੇ ਜੀ ਮੇਰੇ ਮਨ ਦੀ ਖੁਆਇਸ਼ ਹੈ ਕਹਿੰਦੇ ਬਾਬਾ ਜਰਨੈਲ ਸਿੰਘ ਦੱਸੋ ਤੁਹਾਡੇ ਮਨ ਦੀ ਖੁਆਇਸ਼ ਕੀ ਹੈ ਕਹਿੰਦੇ ਮੇਰੇ ਮਨ ਦੀ ਖੁਆਇਸ਼ ਇਹ ਹੈ ਕਿ ਜਦ ਤੱਕ ਇਹ ਖਾਲਸਾ ਪੰਥ ਆਜ਼ਾਦ ਨਹੀਂ ਹੁੰਦਾ ਜਦ ਤੱਕ ਮੈਂ ਨਹੀਂ ਤੱਕਦਾ ਕਿ ਮੇਰਾ ਪੰਥ ਆਜ਼ਾਦ ਖੁਦਾ ਦਾ ਨਿੱਗ ਮੰਨ ਰਿਹਾ ਹੈ ਜਦ ਤੱਕ ਗੁਲਾਮੀ ਦੀਆਂ ਜੰਜੀਰਾਂ ਨਹੀਂ ਟੁੱਟਦੀਆਂ ਜਦ ਤੱਕ ਇਸ ਪੰਜਾਬ ਦੇ ਉੱਪਰ ਖਾਲਸਾ ਰਾਜ ਨਹੀਂ ਬੁਲੰਦ ਕਰਦੇ ਮੈਂ ਸੰਤ ਜਰਨੈਲ ਸਿੰਘ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਦਾ ਅਸੀਂ ਮੁੜ ਮੁੜ ਇਸ ਧਰਤੀ ਤੇ ਆਉਂਦੇ ਰਹਾਂਗੇ ਪਰ ਖਾਲਸਾ ਦੀਆਂ ਬਾਤਾਂ ਪਾਵਾਂਗੇ।